ਲਓ ਜੀ, ਮੈਂ ਤੁਹਾਡਾ ਵੀਰ ਰਾਜ ਸਿੰਘ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ। ਵਿਸ਼ਵ ਗੁਰੂ ਡਿਜੀਟਲ ਇੰਡੀਆ ਸਵੱਛ ਭਾਰਤ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਨੇ। ਖਬਰ ਆ ਰਹੀ ਆ ਜੀ ਚੰਡੀਗੜ੍ਹ ਤੋਂ ਨਵਾਂਗਾਓਂ, ਜਿੱਥੇ ਇੱਕ ਕੁੜੀ ਆਪਣੇ ਕਿਸੇ ਕੰਮ ਜਾ ਰਹੀ ਹੁੰਦੀ ਆ ਅਤੇ ਮੀਂਹ ਦਾ ਪਾਣੀ ਆ ਜਿਹੜਾ ਉਹਦੇ ਵਿੱਚ ਜਾ ਪੈਂਦੀ ਆ, ਸਕੂਟਰੀ ਸਮੇਤ ਕੁੜੀ ਵਿੱਚ ਡੁੱਬ ਜਾਂਦੀ ਆ ਅਤੇ ਜਿਹੜੇ ਉੱਥੋਂ ਦੇ ਆਸੇ ਪਾਸੇ ਵਾਲੇ ਦੁਕਾਨਾਂ ਵਾਲੇ ਸੀ ਉਹ ਇਸ ਕੁੜੀ ਨੂੰ ਉਸ ਟੋਏ ਦੇ ਵਿੱਚੋਂ ਬਾਹਰ ਖਿੱਚ ਕੇ ਕੱਢਦੇ ਨੇ ਅਤੇ ਸਕੂਟਰੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਜੇ ਵੀ ਖੱਡੇ ਦੇ ਵਿੱਚ ਆ। ਤੁਸੀਂ ਦੇਖੋ ਡਿਜੀਟਲ ਇੰਡੀਆ ਸਵੱਛ ਭਾਰਤ ਵਿਸ਼ਵ ਗੁਰੂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਇਹ ਤਸਵੀਰਾਂ ਨੇ। ਤੁਸੀਂ ਤਸਵੀਰਾਂ ਦੇਖੋ, ਖੱਡੇ ਦੇ ਵਿੱਚ ਸਕੂਟਰੀ ਸਮੇਤ ਕੁੜੀ ਡੁੱਬ ਗਈ ਅਤੇ ਜਿਹੜੇ ਆਸੇ ਪਾਸੇ ਦੁਕਾਨਾਂ ਵਾਲੇ ਸੀ ਉਹਨਾਂ ਨੇ ਕੁੜੀ ਨੂੰ ਖਿੱਚ ਕੇ ਬਾਹਰ ਕੱਢਿਆ ਅਤੇ ਸਕੂਟਰੀ ਤੁਸੀਂ ਦੇਖ ਸਕਦੇ ਹੋ ਹਜੇ ਵੀ ਵਿੱਚ ਡੁੱਬੀ ਹੋਈ। ਦੇਖੋ ਇਸ ਤਸਵੀਰ ਨੇ ਵਿਸ਼ਵ ਗੁਰੂ ਰੰਗਲੇ ਪੰਜਾਬ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸੜਕਾਂ ਦੇ ਵਿੱਚ ਐਡੇ ਐਡੇ ਖੱਡੇ ਕਿ ਮੀਂਹ ਆ ਜਾਵੇ ਅਤੇ ਵਹੀਕਲ ਦੇ ਸਮੇਤ ਹੀ ਬੰਦਾ ਵਿੱਚ ਡੁੱਬ ਜਾਂਦਾ। ਇਸ ਕੁੜੀ ਨੂੰ ਜਿਹੜੇ ਆਸੇ ਪਾਸੇ ਦੁਕਾਨਾਂ ਵਾਲੇ ਸੀ ਉਹਨਾਂ ਨੇ ਖਿੱਚ ਕੇ ਬਾਹਰ ਕੱਢਿਆ ਅਤੇ ਸਕੂਟੀ ਹਜੇ ਵੀ ਵਿੱਚ ਡੁੱਬੀ ਹੋਈ। ਤੁਸੀਂ ਦੇਖੋ ਟਾਰਾਂ ਵੱਡੀਆਂ ਵੱਡੀਆਂ ਮਾਰੀਆਂ ਜਾਂਦੀਆਂ ਨੇ ਸਾਡੀਆਂ ਸਰਕਾਰਾਂ ਵੱਲੋਂ। ਭਗਵੰਤ ਮਾਨ ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ ਬਣਾ ਦਿਆਂਗੇ, ਮੋਦੀ ਸਾਹਿਬ ਕਹਿੰਦੇ ਨੇ ਵਿਸ਼ਵ ਗੁਰੂ ਬਣਾ ਦਿਆਂਗੇ, ਡਿਜੀਟਲ ਇੰਡੀਆ ਬਣਾ ਦਿਆਂਗੇ, ਸਵੱਛ ਭਾਰਤ ਬਣਾ ਤਾ। ਪਰ ਆਹ ਜਿਹੜੀ ਤਸਵੀਰ ਆ ਤੁਸੀਂ ਦੇਖ ਰਹੇ ਹੋ ਇਹਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਰੰਗਲੇ ਪੰਜਾਬ ਦੀ, ਵਿਸ਼ਵ ਗੁਰੂ ਦੀ। ਹੁਣ ਜਿਹੜੀਆਂ ਸੜਕਾਂ ਨੇ, ਸੜਕਾਂ ਨਹੀਂ ਜਦੋਂ ਇਹਨਾਂ ਕੋਲੋਂ ਬਣਾਈਆਂ ਗਈਆਂ, ਗਲੀਆਂ ਨਾਲੀਆਂ ਨਹੀਂ ਬਣਾਈਆਂ ਗਈਆਂ ਅਤੇ ਵਿਸ਼ਵ ਗੁਰੂ ਕਿੱਥੋਂ ਬਣਾ ਦੇਣਗੇ, ਰੰਗਲਾ ਪੰਜਾਬ ਕਿੱਥੋਂ ਬਣਾ ਦੇਣਗੇ। ਦੇਖੋ ਇਹ ਪੰਜਾਬ ਦੇ ਵਿੱਚ ਕੋਈ ਪਹਿਲਾ ਖੱਡਾ ਨਹੀਂ ਜਾਂ ਪੂਰੇ ਭਾਰਤ ਵਿੱਚ ਕਿਸੇ ਇੱਕ ਸੜਕ 'ਤੇ ਖੱਡਾ ਨਹੀਂ, ਬਹੁਤ ਸਾਰੀਆਂ ਸੜਕਾਂ 'ਤੇ ਅਜਿਹੇ ਹੀ ਵੱਡੇ ਵੱਡੇ ਖੱਡੇ ਨੇ। ਉਂਝ ਤਾਂ ਇਹਨਾਂ ਨੇ ਵੱਡੇ ਵੱਡੇ ਹਾਈਵੇ ਬਣਾ ਤੇ, ਜਿਹੜੇ ਹਾਈਵੇ ਨੇ ਜਿਨ੍ਹਾਂ ਉੱਤੇ ਟੋਲ ਟੈਕਸ ਲਾਏ ਨੇ ਉਹਨਾਂ ਉੱਤੇ ਵੀ ਵੱਡੇ ਵੱਡੇ ਖੱਡੇ ਨੇ। ਉੱਥੇ ਜਿਹੜੀਆਂ ਬੱਸਾਂ ਕਾਰਾਂ ਮੋਟਰ ਗੱਡੀਆਂ ਜਾਂਦੀਆਂ ਨੇ ਬਹੁਤ ਬੁਰੀ ਹਾਲਤ ਹੁੰਦੀ ਉਹਨਾਂ ਦੀ ਅਤੇ ਜਿਹੜਾ ਟੋਲ ਟੈਕਸ ਆ ਮੋਟਾ ਉਗਰਾਇਆ ਜਾਂਦਾ ਲੋਕਾਂ ਦੀ ਜੇਬ 'ਤੇ, ਮੋਟਾ ਟੈਕਸ ਲਾਇਆ ਜਾਂਦਾ ਰਾਹ ਜਾਂਦਿਆਂ ਦਾ, ਉਹ ਟੈਕਸ ਲੈ ਕੇ ਉਹਨਾਂ ਨੂੰ ਉੱਥੋਂ ਲੰਘਣ ਦਿੱਤਾ ਜਾਂਦਾ। ਦੇਖੋ ਲੋਕਾਂ ਕੋਲੋਂ ਮੋਟੇ ਟੈਕਸ ਉਗਰਾਏ ਜਾਂਦੇ ਨੇ, ਲੋਕ ਸੁੱਤੇ ਹੋਏ ਵੀ ਟੈਕਸ ਦਿੱਤੀ ਜਾਂਦੇ ਨੇ। ਤੁਸੀਂ ਦੇਖੋ ਜਿਹੜੀ ਕੰਗਣਾ ਰਣੌਤ ਆ ਉਹ ਪਾਰਲੀਮੈਂਟ ਵਿੱਚ ਬੋਲ ਰਹੀ ਸੀ ਅਤੇ ਮੋਦੀ ਦੀਆਂ ਖੂਬ ਤਾਰੀਫਾਂ ਕਰ ਰਹੀ ਸੀ ਕਿ ਮੋਦੀ ਸਾਹਿਬ ਨੇ ਸਾਡੇ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾ ਦਿੱਤਾ। ਕਿ ਇਹ ਵਿਸ਼ਵ ਸ਼ਕਤੀ ਆ ਜਿੱਥੇ ਸੜਕਾਂ ਨਹੀਂ ਸਵਾਰੀਆਂ ਗਈਆਂ, ਸੜਕਾਂ ਦੇ ਵਿੱਚ ਵਹੀਕਲਾਂ ਦੇ ਸਮੇਤ ਜਿਹੜੇ ਬੱਚੇ ਨੇ ਜਾਂ ਕੁੜੀਆਂ ਨੇ ਉਹ ਡੁੱਬ ਜਾਂਦੀਆਂ ਨੇ। ਤੁਸੀਂ ਦੇਖੋ ਵਿਸ਼ਵ ਸ਼ਕਤੀ ਕਿਵੇਂ ਬਣ ਗਿਆ, ਜਿਹੜੇ ਵਿਸ਼ਵ ਸ਼ਕਤੀ ਵਾਲੇ ਦੇਸ਼ ਨੇ ਉੱਥੇ ਉਹਨਾਂ ਨੇ ਬਹੁਤ ਵਧੀਆ ਸੜਕਾਂ ਬਣਾਈਆਂ ਨੇ, ਬਹੁਤ ਵਧੀਆ ਉਹਨਾਂ ਨੇ ਓਵਰ ਬ੍ਰਿਜ ਬਣਾਏ ਨੇ, ਉੱਥੇ ਖੱਡੇ ਨਹੀਂ ਹੈਗੇ। ਜਿਹੜੀਆਂ ਵਿਸ਼ਵ ਸ਼ਕਤੀਆਂ ਨੇ ਉਹ ਵੀ ਦਿਸਦੀਆਂ ਨੇ, ਪਰ ਇਹਨਾਂ ਨੇ ਤਾਂ ਜਲੂਸ ਕੱਢ ਕੇ ਰੱਖ ਦਿੱਤਾ ਵਿਸ਼ਵ ਸ਼ਕਤੀ ਦਾ। ਤੁਸੀਂ ਦੇਖੋ ਸੜਕਾਂ ਨਹੀਂ ਜਿਹੜੇ ਦੇਸ਼ ਦੇ ਕੋਲੋਂ ਬਣਾਈਆਂ ਜਾਂਦੀਆਂ, ਜਿਹੜੇ ਲੀਡਰ ਵੱਡੀਆਂ ਵੱਡੀਆਂ ਟਾਰਾਂ ਹੀ ਮਾਰਦੇ ਨੇ, ਫੋਕੀਆਂ ਫੜਾਂ ਹੀ ਮਾਰਦੇ ਨੇ, ਉਹ ਵਿਸ਼ਵ ਸ਼ਕਤੀ ਕਿਵੇਂ ਬਣ ਸਕਦੇ ਨੇ। ਹੁਣ ਦੇਖੋ ਇਸ ਕੁੜੀ ਵਾਲੀ ਘਟਨਾ ਜਿਹੜੀ ਸਕੂਟੀ 'ਤੇ ਜਾ ਰਹੀ ਸੀ ਅਤੇ ਸਕੂਟੀ ਦੇ ਸਮੇਤ ਹੀ ਪਾਣੀ ਦੇ ਵਿੱਚ ਡੁੱਬ ਗਈ। ਉਹ ਤੋਂ ਪਹਿਲਾਂ ਚੰਡੀਗੜ੍ਹ ਦੀ ਦਿੱਲੀ ਦੀ ਖਬਰ ਆਈ ਕਿ ਦਿੱਲੀ ਦੀਆਂ ਬੇਸਮੈਂਟਾਂ ਦੇ ਵਿੱਚ ਮੀਂਹ ਦਾ ਪਾਣੀ ਭਰ ਗਿਆ ਅਤੇ ਉੱਥੇ 2-3 ਵਿਦਿਆਰਥੀ ਸੀ ਜਿਹੜੇ ਉਹਨਾਂ ਦੀ ਮੌਤ ਹੋ ਗਈ। ਜਦੋਂ ਮੌਤ ਹੋ ਗਈ ਤਾਂ ਫਿਰ ਦਿੱਲੀ ਸਰਕਾਰ ਨੇ ਐਕਸ਼ਨ ਲੈ ਕੇ MCD ਨੇ ਉੱਥੇ ਬੇਸਮੈਂਟਾਂ ਦੇ ਪੱਕੇ ਤਾਲੇ ਲਗਾ ਤੇ। ਕੀ ਜਿਹੜੀਆਂ ਬੇਸਮੈਂਟਾਂ ਨੇ ਉਹਨਾਂ 'ਤੇ ਪੱਕੇ ਤਾਲੇ ਲਗਾ ਕੇ ਹੱਲ ਹੋ ਜੂਗਾ? ਜਦੋਂ ਤੁਹਾਡੇ ਕੋਲ ਕੋਈ ਪੁਖਤਾ ਹੱਲ ਹੀ ਨਹੀਂ ਪਾਣੀ ਨੂੰ ਸੰਭਾਲਣ ਦਾ, ਜਦੋਂ ਮੀਂਹ ਆ ਜਾਂਦਾ
ਉਦੋਂ ਜਿਹੜੇ ਲੋਕ ਨੇ ਉਹ ਜਾਂ ਤਾਂ ਖੱਡਿਆਂ ਦੇ ਵਿੱਚ ਆਪਣੀਆਂ ਜਾਨਾਂ ਗਵਾ ਪੈਂਦੇ ਨੇ ਜਾਂ ਫਿਰ ਜਿਵੇਂ ਬੇਸਮੈਂਟਾਂ ਦੇ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਉਵੇਂ ਗਵਾ ਪੈਂਦੇ ਨੇ। ਪਰ ਸਰਕਾਰਾਂ ਕੋਲ ਕੋਈ ਪੱਕਾ ਹੱਲ ਨਹੀਂ। ਜੇਕਰ ਇਹਨਾਂ ਨੇ ਪੱਕਾ ਕੋਈ ਹੱਲ ਕੀਤਾ ਹੁੰਦਾ ਤਾਂ ਇਹ ਜਿਹੜੇ ਨੁਕਸਾਨ ਨੇ ਇਹ ਕਦੇ ਨਹੀਂ ਸੀ ਹੋਣੇ। ਜਦੋਂ ਕਿਤੇ ਜਾਂਦੇ ਹਾਂ ਤਾਂ ਪਤਾ ਨਹੀਂ ਲੱਗਦਾ ਵੀ ਖੱਡੇ ਵਿੱਚ ਸੜਕ ਆ ਜਾਂ ਸੜਕ ਵਿੱਚ ਖੱਡਾ। ਤੁਸੀਂ ਦੇਖੋ ਵੱਡਿਆਂ ਵੱਡਿਆਂ ਖੱਡਾਂ ਦੇ ਵਿੱਚ ਬੰਦੇ ਸਿੱਧੇ ਡੁੱਬ ਜਾਂਦੇ ਨੇ। ਸਕੂਟੀ ਵਿੱਚ ਆ, ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ, ਸਕੂਟੀ ਵਿੱਚ ਡੁੱਬੀ ਪਈ ਆ ਅਤੇ ਕੁੜੀ ਨੂੰ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਆਸੇ ਪਾਸੇ ਵਾਲੇ ਸੀ ਉਹਨਾਂ ਨੇ ਕੱਢ ਲਿਆ। ਇਹ ਮੈਂ ਤੁਹਾਨੂੰ ਘਟਨਾ ਦੁਬਾਰਾ ਫਿਰ ਦੱਸ ਦਿੰਦਾ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਨਵਾਂ ਗਾਓਂ ਆ ਉੱਥੋਂ ਦੀ ਘਟਨਾ। ਇੱਕ ਕੁੜੀ ਸੀ, ਉਹ ਆਪਣੇ ਕਿਸੇ ਕੰਮ ਜਾ ਰਹੀ ਸੀ ਅਤੇ ਸੜਕ 'ਤੇ ਪਾਣੀ ਖੜ੍ਹਾ ਹੋਇਆ ਸੀ। ਕੁੜੀ ਨੇ ਸੋਚਿਆ ਵੀ ਪਾਣੀ ਥੋੜ੍ਹਾ ਹੋਣਾ, ਮੈਂ ਲੰਘ ਜਾਂਦੀ ਹਾਂ, ਜਿਵੇਂ ਆਮ ਹੀ ਆਪਾਂ ਮੀਂਹ ਪੈ ਜਾਂਦਾ ਅਤੇ ਥੋੜ੍ਹਾ ਬਹੁਤਾ ਪਾਣੀ ਹੁੰਦਾ, ਉਹ ਉੱਥੋਂ ਆਪਾਂ ਮੋਟਰਸਾਈਕਲ ਜਾਂ ਸਕੂਟੀ ਕਾਰ ਟਪਾ ਕੇ ਲੈ ਜਾਂਦੇ ਹਾਂ। ਕੁੜੀ ਨੇ ਸੋਚਿਆ ਵੀ ਮਾੜਾ ਮੋਟਾ ਪਾਣੀ ਹੋਊਗਾ ਅਤੇ ਚਲੋ ਮੈਂ ਟੱਪ ਜੂੰਗੀ। ਪਰ ਜਦੋਂ ਕੁੜੀ ਟੱਪਣ ਲੱਗੀ ਉਹਨੂੰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਖੱਡਾ, ਮੈਂ ਵਿੱਚ ਹੀ ਡੁੱਬ ਜਾਣਾ। ਜਦੋਂ ਵਿੱਚੋਂ ਟੱਪਣ ਲੱਗੀ ਤਾਂ ਸਕੂਟੀ ਸਮੇਤ ਹੀ ਡੁੱਬ ਗਈ। ਤੁਸੀਂ ਦੇਖੋ ਤਸਵੀਰ ਦੇਖ ਸਕਦੇ ਹੋ ਅਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਹਿੰਦੇ ਨੇ ਵਿਸ਼ਵ ਗੁਰੂ ਬਣ ਗਏ, ਡਿਜੀਟਲ ਇੰਡੀਆ ਬਣਾਤਾ। ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਤਾ। ਇਹ ਰੰਗਲੇ ਪੰਜਾਬ ਦੀਆਂ ਵਿਸ਼ਵ ਗੁਰੂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ। ਇਹ ਉਹਨਾਂ ਦੀਆਂ ਜਿਹੜਾ ਵਿਸ਼ਵ ਗੁਰੂ ਜਾਂ ਰੰਗਲਾ ਪੰਜਾਬ ਏ ਉਹਦੀ ਫੂਕ ਕੱਢਦੀਆਂ ਤਸਵੀਰਾਂ ਨੇ। ਤੁਸੀਂ ਦੇਖੋ ਇਹਨਾਂ ਸਰਕਾਰਾਂ ਦੇ ਕੋਲੋਂ ਜੇਕਰ ਅੱਜ ਤੱਕ ਸੜਕਾਂ ਨਹੀਂ ਬਣਾਈਆਂ ਗਈਆਂ ਜਾਂ ਉਹਨਾਂ ਵਿੱਚ ਐਡੇ ਐਡੇ ਵੱਡੇ ਖੱਡੇ ਨੇ ਅਤੇ ਫਿਰ ਇਹ ਦਾਅਵੇ ਕਿਵੇਂ ਕਰ ਸਕਦੇ ਨੇ ਜਾਂ ਫੜਾਂ ਕਿਵੇਂ ਮਾਰ ਸਕਦੇ ਨੇ, ਅਸੀਂ ਰੰਗਲਾ ਪੰਜਾਬ ਬਣਾ ਦਿਆਂਗੇ ਜੀ, ਅਸੀਂ ਵਿਸ਼ਵ ਗੁਰੂ ਬਣਾ ਦਿਆਂਗੇ। ਨਾ ਵਿਸ਼ਵ ਗੁਰੂ ਬਣਿਆ ਨਾ ਰੰਗਲਾ ਪੰਜਾਬ ਬਣਿਆ। ਤੁਸੀਂ ਦੇਖ ਲਓ ਕਈਆਂ ਥਾਵਾਂ 'ਤੇ ਤਾਂ ਜਿਹੜਾ ਸੀਵਰੇਜ ਆ ਉੱਥੇ ਪਾਣੀ ਸੂਤ ਨਹੀਂ ਇਹਨਾਂ ਕੋਲੋਂ ਆਉਂਦਾ, ਇਹਨਾਂ ਕੋਲੋਂ ਸੀਵਰੇਜ ਦਾ ਪਾਣੀ ਉਹ ਬਾਹਰ ਸੜਕਾਂ 'ਤੇ ਤੁਰਿਆ ਫਿਰਦਾ ਅਤੇ ਲੋਕ ਉੱਥੇ ਹਾਹਾਕਾਰ ਕਰਦੇ ਨੇ ਅਤੇ ਉੱਥੇ ਲੋਕ ਕਹਿੰਦੇ ਨੇ ਵਾਕਈ ਭਗਵੰਤ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾਤਾ। ਕਹਿੰਦੇ ਨੇ ਇੱਕ ਪਾਸੇ ਹਰਾ ਪਾਣੀ, ਦੂਜੇ ਪਾਸੇ ਲਾਲ ਪਾਣੀ ਅਤੇ ਆਪੇ ਰੰਗਲਾ ਪੰਜਾਬ। ਇਹ ਜਿਹੜਾ ਰੰਗਲਾ ਪੰਜਾਬ ਆ ਇਹ ਤਾਂ ਬਣ ਸਕਦਾ ਜੇਕਰ ਸੜਕਾਂ ਵਧੀਆ ਹੋਣ ਜਾਂ ਇੱਥੇ ਚੰਗਾ ਪ੍ਰਬੰਧ ਹੋਵੇ, ਕਿਸੇ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਨਾ ਹੋਵੇ। ਜਿਵੇਂ ਹੁਣ ਇਹ ਜਿਹੜੀ ਕੁੜੀ ਆ ਇਹ ਸਕੂਟੀ ਸਮੇਤ ਖੱਡੇ ਦੇ ਵਿੱਚ ਡਿੱਗ ਪਈ, ਇਹਦੀ ਧੌਣ ਵੀ ਟੁੱਟ ਸਕਦੀ ਸੀ, ਇਹਦੀ ਜਾਨ ਵੀ ਜਾ ਸਕਦੀ ਸੀ। ਪਰ ਜਿਹੜੇ ਦਾਅਵੇ ਨੇ ਉਹ ਕਿੱਥੇ ਨੇ? ਪਰ ਜਿਹੜੀ ਹਕੀਕਤ ਆ, ਹਕੀਕਤ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਆਪਣੇ ਕੰਮ ਜਾ ਰਹੀ ਸੀ, ਉਹਨੂੰ ਲੱਗਿਆ ਵੀ ਥੋੜ੍ਹਾ ਬਹੁਤਾ ਪਾਣੀ ਆ ਅਤੇ ਮੈਂ ਟੱਪ ਜੂੰਗੀ। ਜਦੋਂ ਉਹਨੇ ਆਪਣੀ ਸਕੂਟੀ ਟਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਕੂਟੀ ਸਮੇਤ ਪਾਣੀ ਦੇ ਵਿੱਚ ਡੁੱਬ ਗਈ ਅਤੇ ਆਸੇ ਪਾਸੇ ਵਾਲਿਆਂ ਨੇ ਇਸ ਕੁੜੀ ਨੂੰ ਕੱਢਿਆ ਅਤੇ ਫਿਰ ਉਸ ਤੋਂ ਬਾਅਦ ਇਹਨੂੰ ਪਾਸੇ ਬਿਠਾ ਦਿੱਤਾ। ਤੁਸੀਂ ਦੇਖ ਸਕਦੇ ਹੋ ਸਕੂਟੀ ਹਜੇ ਵੀ ਇਹਦੀ ਵਿੱਚ ਡੁੱਬੀ ਪਈ ਆ। ਮੈਂ ਤੁਹਾਡਾ ਵੀਰ ਰਾਜ ਸਿੰਘ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ। ਬਹੁਤ ਮਿਹਰਬਾਨੀ।